ਰਾਜ ਮੰਤਰੀ ਦੇ ਕਾਫਲੇ ਦੇ ਵਿੱਚ ਸ਼ਾਮਲ ਇੱਕ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ। ਐਕਸਕਾਟ ਗੱਡੀ ਦਾ ਟਾਇਰ ਫਟ ਗਿਆ, ਜਿਸ ਦੇ ਨਾਲ ਇੱਕ ਕਾਂਸਟੇਬਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੇ ਵਿੱਚ ਸ਼ਾਮਲ ਐਕਸਕਾਟ ਵਾਹਨ ਕੁਰਕਸ਼ੇਤਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਗੱਡੀ ਦੇ ਵਿੱਚ ਸਵਾਰ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ ਤੇ ਬਾਕੀ ਸੁਰੱਖਿਆ ਮੁਲਾਜ਼ਮ ਵਾਲ ਵਾਲ ਬਚ ਗਏ। ਦੱਸਿਆ ਜਾ ਰਿਹਾ ਕਿ ਰਾਜ ਮੰਤਰੀ ਚੰਡੀਗੜ੍ਹ ਤੋਂ ਮਹਿੰਦਰਗੜ੍ਹ ਜਾ ਰਹੇ ਸਨ, ਜਦੋਂ ਉਹ ਨੈਸ਼ਨਲ ਹਾਈਵੇ ਤੇ ਪਿਹੋਵਾ ਖੇਤਰ ਦੇ ਵਿੱਚ ਪਿੰਡ ਸੈਣਸਾ ਵਿਖੇ ਪਹੁੰਚੇ। ਉੱਥੇ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਐਕਸਕਾਟ ਗੱਡੀ ਦਾ ਅਚਾਨਕ ਟਾਇਰ ਫਟ ਗਿਆ, ਜਿਸ ਦੇ ਨਾਲ ਕਾਰ ਬੁਰੇ ਤਰੀਕੇ ਨਾਲ ਪਲਟ ਗਈ। ਗੱਡੀ ਦੇ ਵਿੱਚ ਐਸਕਾਟ ਇੰਚਾਰਜ ਦੇ ਨਾਲ 4 ਸਿਪਾਹੀਆਂ ਦੀ ਟੀਮ ਸੀ। ਹਾਦਸਾ ਹੁੰਦੇ ਸਾਰ ਹੀ ਕਾਫਲਾ ਰੁਕ ਗਿਆ ਤੇ ਜ਼ਖਮੀ ਹੌਲਦਾਰ ਸੰਜੀਵ ਕੁਮਾਰ ਨੂੰ ਤੁਰੰਤ ਪਿਹੋਵਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਕੁਰਕਸ਼ੇਤਰ ਦੇ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਬਾਅਦ ਰਾਜ ਮੰਤਰੀ ਨੇ ਮਹਿੰਦਰਗੜ੍ਹ ਜਾਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਸਪੀਟਲ ਭੇਜਣ ਤੱਕ ਉਹ ਉੱਥੇ ਹੀ ਰਹੇ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਇਆ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਾਰ ਆ ਜਿਹੜੀ ਕਾਫਲੇ ਦੀ ਉਹ ਬੁਰੇ ਤਰੀਕੇ ਨਾਲ ਪਲਟ ਗਈ, ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਕਾਂਸਟੇਬਲ ਦੇ ਸੱਟਾਂ ਲੱਗੀਆਂ ਨੇ, ਜੋ ਇਸ ਵੇਲੇ ਜ਼ੇਰੇ ਇਲਾਜ ਹੈ। ਰਾਜ ਮੰਤਰੀ ਦੇ ਕਾਫਲੇ ਦੇ ਵਿੱਚ ਸ਼ਾਮਲ ਇੱਕ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ। ਐਕਸਕਾਟ ਗੱਡੀ ਦਾ ਟਾਇਰ ਫਟ ਗਿਆ, ਜਿਸ ਦੇ ਨਾਲ ਇੱਕ ਕਾਂਸਟੇਬਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੇ ਵਿੱਚ ਸ਼ਾਮਲ ਐਕਸਕਾਟ ਵਾਹਨ ਕੁਰਕਸ਼ੇਤਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਗੱਡੀ ਦੇ ਵਿੱਚ ਸਵਾਰ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ ਤੇ ਬਾਕੀ ਸੁਰੱਖਿਆ ਮੁਲਾਜ਼ਮ ਵਾਲ ਵਾਲ ਬਚ ਗਏ। ਦੱਸਿਆ ਜਾ ਰਿਹਾ ਕਿ ਰਾਜ ਮੰਤਰੀ ਚੰਡੀਗੜ੍ਹ ਤੋਂ ਮਹਿੰਦਰਗੜ੍ਹ ਜਾ ਰਹੇ ਸਨ, ਜਦੋਂ ਉਹ ਨੈਸ਼ਨਲ ਹਾਈਵੇ ਤੇ ਪਿਹੋਵਾ ਖੇਤਰ ਦੇ ਵਿੱਚ ਪਿੰਡ ਸੈਣਸਾ ਵਿਖੇ ਪਹੁੰਚੇ। ਉੱਥੇ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਐਕਸਕਾਟ ਗੱਡੀ ਦਾ ਅਚਾਨਕ ਟਾਇਰ ਫਟ ਗਿਆ, ਜਿਸ ਦੇ ਨਾਲ ਕਾਰ ਬੁਰੇ ਤਰੀਕੇ ਨਾਲ ਪਲਟ ਗਈ। ਗੱਡੀ ਦੇ ਵਿੱਚ ਐਸਕਾਟ ਇੰਚਾਰਜ ਦੇ ਨਾਲ 4 ਸਿਪਾਹੀਆਂ ਦੀ ਟੀਮ ਸੀ। ਹਾਦਸਾ ਹੁੰਦੇ ਸਾਰ ਹੀ ਕਾਫਲਾ ਰੁਕ ਗਿਆ ਤੇ ਜ਼ਖਮੀ ਹੌਲਦਾਰ ਸੰਜੀਵ ਕੁਮਾਰ ਨੂੰ ਤੁਰੰਤ ਪਿਹੋਵਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਕੁਰਕਸ਼ੇਤਰ ਦੇ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਬਾਅਦ ਰਾਜ ਮੰਤਰੀ ਨੇ ਮਹਿੰਦਰਗੜ੍ਹ ਜਾਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਸਪੀਟਲ ਭੇਜਣ ਤੱਕ ਉਹ ਉੱਥੇ ਹੀ ਰਹੇ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਇਆ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਾਰ ਆ ਜਿਹੜੀ ਕਾਫਲੇ ਦੀ ਉਹ ਬੁਰੇ ਤਰੀਕੇ ਨਾਲ ਪਲਟ ਗਈ, ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਕਾਂਸਟੇਬਲ ਦੇ ਸੱਟਾਂ ਲੱਗੀਆਂ ਨੇ, ਜੋ ਇਸ ਵੇਲੇ ਜ਼ੇਰੇ ਇਲਾਜ ਹੈ।